ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਾਨੂੰ ਜੀਆਂ ਨੂੰ ਆਖਦੇ ਹਾਂ ਸੋ ਅਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ 20 ਅਪ੍ਰੈਲ ਦਿਨ ਬੁੱਧਵਾਰ ਸ਼ਾਮ ਦੇ ਅੱਜ ਦੇ ਇਸ ਖਬਰ ਅਤੇ ਨਜ਼ਰ ਬੁਲਟਨ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ ਬਲਤੇਜ ਪੰਨੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਅਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਇਸ ਦੇ ਨਾਲ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਗੁਰਦੀਪ ਸਿੰਘ ਵਿਰਦੀ ਨਵਜੋਤ ਕੌਰ ਕਲੋਟੀ ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ ਸਤਰਾਮ ਸਿੰਘ ਗਿੱਲ ਸੁਰਿੰਦਰ ਕੌਰ ਧਾਮੀ ਮੱਖਣ ਸਿੰਘ ਮਾਨ ਸੁਰਿੰਦਰ ਸਿੰਘ ਕਾਲੋਂ ਕਾਬਲ ਸਿੰਘ ਬੈਂਸ ਦਲਬੀਰ ਸਿੰਘ ਗਿੱਲ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-9798 4087227698 ਦੇ ਉੱਤੇ ਪੰਨੂ ਜੀ ਆਪਣੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਉੱਤਰਾਖੰਡ ਦੇ ਜਿਹੜੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਵੱਲੋਂ ਸਖ਼ਤ ਟਿੱਪਣੀਆਂ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹਨੂੰ ਤੱਤੇ ਪਾਣੀ 'ਚ ਖੜਾ ਕਰਦਿਆਂ ਉੱਤਰਾਖੰਡ ਦੀ ਜਿਹੜੀ ਹਾਈ ਕੋਰਟ ਹੈ ਜੀ ਉਹਨੇ ਬੜੀਆਂ ਸਖ਼ਤ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ ਨੇ ਜੀ ਉਹਨੇ ਇੱਕ ਕਿਸਮ ਦੇ ਨਾਲ ਚੇਤਾਵਨੀ ਜਿਹੜੀ ਹੈ ਜੀ ਉਹ ਦਿੱਤੀ ਆ ਔਰ ਇਹ ਗੱਲ ਆਖੀ ਹੈ ਕਿ ਹੁਣ ਸਾਡਾ ਫੈਸਲਾ ਜਿਹੜਾ ਜੀ ਉਹ ਆਉਣ ਦਿਓ ਇਹ ਨਾ ਹੋਵੇ ਕਿ ਇਹ ਫੈਸਲਾ ਆਉਣ ਤੋਂ ਪਹਿਲਾਂ ਤੁਸੀਂ ਉੱਤਰਾਖੰਡ ਦੇ ਵਿੱਚੋਂ ਰਾਸ਼ਟਰਪਤੀ ਰਾਜ ਜਿਹੜਾ ਜੀ ਉਹ ਹਟਾ ਦਿਓ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੂਬਾਈ ਵਿਧਾਨ ਸਭਾ ਜਿਹੜੀ ਹੈ ਜੀ ਉਹਨੂੰ ਮੁਅੱਤਲ ਕਰਨ ਦੇ ਰਾਸ਼ਟਰਪਤੀ ਦਾ ਫੈਸਲਾ ਸਹੀ ਨਹੀਂ ਸੀਗਾ ਇਹਦੀ ਸਮੀਖਿਆ ਜਿਹੜੀ ਹੈ ਜੀ ਉਹ ਹੋ ਸਕਦੀ ਆ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਗਲਤ ਵੀ ਹੋ ਸਕਦੇ ਨੇ ਉਹਨਾਂ ਨੇ ਕਿਹਾ ਇਹ ਕੋਈ ਰਾਜਾ ਸ਼ਾਹੀ ਜਾਂ ਤਾਨਾ ਸ਼ਾਹੀ ਨਹੀਂ ਹੈ ਕਿ ਜਿਹੜਾ ਤੁਸੀਂ ਇੱਕ ਵਾਰੀ ਲਿਖ ਕੇ ਦੇ ਦਿੱਤਾ ਅਤੇ ਉਹਦੇ ਉੱਤੇ ਸਾਰੇ ਜਿਹੜੇ ਨੇ ਜੀ ਉਹ ਚੁੱਪ ਕਰਕੇ ਬਹਿ ਜਾਣ ਉਹਨਾਂ ਨੇ ਕਿਹਾ ਕਿ ਕਾਨੂੰਨ ਤੁਹਾਡੇ ਤੋਂ ਉੱਪਰ ਹੈ ਕਾਨੂੰਨ ਤੋਂ ਉੱਪਰ ਜਿਹੜਾ ਜੀ ਉਹ ਕੋਈ ਨਹੀਂ ਹੈਗਾ ਔਰ ਉਹਨਾਂ ਨੇ ਜਿਹੜਾ ਇਹਦੇ ਵਿੱਚ ਇਹ ਕਹਿ ਦੀ ਕਿ ਰਾਸ਼ਟਰਪਤੀ ਵੀ ਕਈ ਵਾਰੀ ਗਲਤ ਫੈਸਲਾ ਜਿਹੜਾ ਜੀ ਉਹ ਲੈ ਸਕਦਾ ਹੈ ਸਪੀਕਰ ਰਾਵਤ ਅਤੇ ਕੇਂਦਰ ਦੀ ਵੀ ਝਾੜ ਝੰਬ ਜਿਹੜੀ ਹੈ ਜੀ ਉਹ ਇਹਦੇ ਵਿੱਚ ਕੀਤੀ ਗਈ ਹੈ ਰਾਸ਼ਟਰਪਤੀ ਰਾਜ ਸੰਬੰਧੀ ਪਟੀਸ਼ਨ ਦੇ ਉੱਤੇ ਜਿਹੜੀ ਹੈ ਜੀ ਅੱਜ ਅਹਿਮ ਸੁਣਵਾਈ ਹੋਊਗੀ ਇਸ ਫੈਸਲੇ ਤੋਂ ਕਲਪੀ ਹੋਈ ਭਾਰਤੀ ਜਨਤਾ ਪਾਰਟੀ ਨੇ ਇਹ ਗੱਲ ਆਖੀ ਆ ਕਿ ਉੱਤਰਾਖੰਡ ਦੀ ਹਾਈ ਕੋਰਟ ਨੇ ਇੱਕ ਨਵੀਂ ਬਹਿਸ ਜਿਹੜੀ ਹੈ ਜੀ ਛੇੜ ਦਿੱਤੀ ਆ ਕਿ ਰਾਸ਼ਟਰਪਤੀ ਦੇ ਵੱਲੋਂ ਕੀਤਾ ਗਿਆ ਫੈਸਲਾ ਜਿਹੜਾ ਜੀ ਉਹਦੇ ਉੱਤੇ ਕੋਈ ਟੀਕਾ ਟਿੱਪਣੀ ਹੋ ਸਕਦੀ ਆ ਉਹਨਾਂ ਕਿਹਾ ਕਿ ਅਜੇ ਤੱਕ ਇਹ ਪ੍ਰਥਾ ਸੀਗੀ ਕਿ ਰਾਸ਼ਟਰਪਤੀ ਵੱਲੋਂ ਲਿਆ ਗਿਆ ਫੈਸਲਾ ਜਿਹੜਾ ਉਹ ਫਾਈਨਲ ਸੀਗਾ ਤੋ ਜਿਸ ਤਰ੍ਹਾਂ ਦਾ ਉੱਤਰਾਖੰਡ ਦੀ ਹਾਈ ਕੋਰਟ ਨੇ ਇਹ ਜਿਹੜੀਆਂ ਜੀ ਟਿੱਪਣੀਆਂ ਕੀਤੀਆਂ ਨੇ ਉਹਨੇ ਅੱਖਾਂ ਜਿਹੜੀਆਂ ਜੀ ਉਹ ਖੋਲ੍ਹ ਕੇ ਰੱਖ ਦਿੱਤੀਆਂ ਕੇਂਦਰ ਦੀ ਸਰਕਾਰ ਦੀਆਂ ਕਿ ਇਹ ਜ਼ਰੂਰੀ ਨਹੀਂ ਆ ਕਿ ਉਹ ਉੱਥੇ ਬੈਠੀ ਕਿਸੇ ਵੀ ਜਿਹੜੀ ਸਰਕਾਰ ਹੈ ਲੋਕਾਂ ਦੀ ਚੁਣੀ ਹੋਈ ਉਹਨੂੰ ਜਦੋਂ ਚਾਹੇ ਰਾਸ਼ਟਰਪਤੀ ਦੇ ਮੂਹਰੇ ਫਾਈਲ ਧਰ ਕੇ ਜਿਹੜਾ ਜੀ ਉਹ ਰਾਸ਼ਟਰਪਤੀ ਰਾਜ ਲਵਾ ਦੇਵੇ ਮੈਂ ਇੱਥੇ ਯਾਦ ਕਰਵਾ ਦੇਵਾਂ ਕਿ ਐਕਚੁਲੀ ਹਾਈ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਸੀਗੇ ਉੱਤਰਾਖੰਡ ਦੇ ਵਿੱਚ ਜਦੋਂ ਉੱਥੇ ਰਾਜਨੀਤਿਕ ਸੰਕਟ ਖੜਾ ਹੋਇਆ ਕਿ ਉੱਥੋਂ ਦੀ ਰਾਵਤ ਸਰਕਾਰ ਹੈ ਉਹ ਆਪਣਾ ਬਹੁਮਤ ਜਿਹੜਾ ਜੀ ਉਹ ਸਿੱਧ ਕਰ ਦੇਵੇ ਪਰੇਡ ਕਰਾ ਲਵੇ ਜਦੋਂ ਇਹਦੀ ਤਰੀਕ ਸੀਗੀ 2 ਦਿਨ ਪਹਿਲਾਂ ਉੱਥੇ ਰਾਸ਼ਟਰਪਤੀ ਰਾਜ ਜਿਹੜਾ ਜੀ ਉਹ ਲਾਗੂ ਕਰਕੇ ਇਹਨੂੰ ਖਤਮ ਕਰ ਦਿੱਤਾ ਗਿਆ ਸੀਗਾ ਇਹਦੇ ਤੋਂ ਜ਼ਿਆਦਾ ਜਿਹੜਾ ਜੀ ਉਹ ਰੋਸ ਹੈ ਹਾਈ ਕੋਰਟ ਦੇ ਵਿੱਚ ਇਸ ਕਰਕੇ ਉੱਥੇ ਇਹ ਤਿੱਖੀਆਂ ਜਿਹੜੀਆਂ ਜੀ ਉਹ ਟਿੱਪਣੀਆਂ ਕੀਤੀਆਂ ਗਈਆਂ ਨੇ ਮੇਰਾ ਖਿਆਲ ਇਹ ਜਿਹੜੀਆਂ ਸਿਰਫ ਉੱਤਰਾਖੰਡ ਦੇ ਵਾਸਤੇ ਹੀ ਅਹਿਮ ਨਹੀਂ ਆ ਬਲਕਿ ਮੁਲਕ ਭਰ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੂੰ ਢਾਹ ਲਾਉਣ ਦੇ ਵਾਸਤੇ ਜੋ ਕੁਛ ਕੇਂਦਰ ਦੀ ਸਰਕਾਰਾਂ ਜਿਹੜੀਆਂ ਜੀ ਸਮੇਂ ਸਮੇਂ ਵਾਲੀਆਂ ਕਰਦੀਆਂ ਰਹੀਆਂ ਨੇ ਉਹਨਾਂ ਦੇ ਵਾਸਤੇ ਵੀ ਇੱਕ ਵੱਡੀ ਚੁਣੌਤੀ ਵਜੋਂ ਇਹਨੂੰ ਵੇਖਿਆ ਜਾ ਰਿਹਾ ਜੀ ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ 17,000 ਕਰੋੜ ਉਹ ਤਾਂ ਦੇ ਤਾ ਪਰ ਕਿਸਾਨ ਲੋਕ ਅਜੇ ਵੀ ਰੁਲ ਰਹੇ ਆ ਮੰਡੀਆਂ 'ਚ ਬੈਠੇ ਨੇ ਜੀ ਵਿਚਾਰੇ ਇੰਨਾ ਜ਼ਿਆਦਾ ਮੱਛਰ ਹੈ ਜੀ ਇਸ ਵੇਲੇ ਬਹੁਤ ਮੋਟਾ ਕਿਉਂਕਿ ਜਦੋਂ ਲੋਹ ਚੱਲਦੀ ਆ ਉਦੋਂ ਮੱਛਰ ਇਹ ਖਤਮ ਹੁੰਦਾ ਲੋਹ ਚੱਲ ਤਾਂ ਜ਼ਰੂਰ ਪਈ ਆ ਪਰ ਮੱਛਰ ਅਜੇ ਜਿਹੜਾ ਜੀ ਉਹਦੀ ਮਰਿਆ ਔਰ ਕਿਸਾਨ ਵਿਚਾਰੇ ਜਿਹੜੇ ਨੇ ਜੀ ਉਹ ਮੰਜੀਆਂ ਡਾਹ ਕੇ ਜਾਂ ਉੱਤੇ ਜਿਹੜਾ ਬੋਰੀਆਂ ਦੇ ਉੱਤੇ ਜਾਂ ਕਣਕਾਂ ਦੇ ਉੱਤੇ ਜਿਹੜਾ ਜੀ ਉਹ ਮੰਡੀਆਂ ਦੇ ਵਿੱਚ ਪਏ ਨੇ ਮੰਡੀਆਂ 'ਚ ਥਾਂ ਨਹੀਂ ਰਹੀ ਜਿਹੜੀ ਆ ਕਣਕ ਸੁੱਟਣ ਦੇ ਵਾਸਤੇ ਜੀ ਕਿਉਂਕਿ ਕੰਬਾਈਨਾਂ ਦੇ ਨਾਲ ਕੱਟ ਹੁੰਦੀ ਆ ਇੱਕਦਮ ਜਿਹੜੀ ਆ ਜੀ ਉਹ ਕਣਕ ਆ ਜਾਂਦੀ ਆ ਜੇ ਕਣਕ ਕਿਸੇ ਦੀ ਤੁਲ ਗਈ ਆ ਅਤੇ ਉਦੋਂ ਬਾਅਦ ਉਹ ਪੈਸੇ ਦੇ ਵਾਸਤੇ ਜਿਹੜਾ ਜੀ ਉਹ ਲੇਲੜੀਆਂ ਕੱਢ ਰਿਹਾ ਕਿਸਾਨ ਦੀ ਪੈਸੇ ਆਏ ਨਹੀਂ ਅਜੇ ਉੱਤੋਂ ਹੁਣ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਮਿਲ ਕੇ ਆਏ ਸਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਹੁਣ ਉਹਨਾਂ ਦੇ ਦਖਲ ਤੋਂ ਬਾਅਦ ਜਿਹੜਾ ਰਿਜ਼ਰਵ ਬੈਂਕ ਆ ਜੀ ਉਹਨੇ 17,523 ਕਰੋੜ ਰੁਪਈਏ ਦੀ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਜੀ ਉਹਨੂੰ ਪ੍ਰਵਾਨਗੀ ਦਿੱਤੀ ਆ
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਜਿਹੜਾ ਜੀ ਉਹ ਇਹ ਕਹਿੰਦਾ ਕਿ ਕੇਂਦਰ ਸਰਕਾਰ ਦੇ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਇੱਕ ਦੋ ਦਿਨ ਦੇ ਵਿੱਚ ਜਿਹੜਾ ਜੀ ਇਹ ਪੈਸਾ ਆ ਜਾਣਾ ਔਰ ਇਹਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਵੀਕਐਂਡ ਤੱਕ ਜਿਹੜੀ ਆ ਜੀ ਅਦਾਇਗੀ ਸ਼ੁਰੂ ਜਿਹੜੀ ਆ ਜੀ ਉਹ ਹੋ ਸਕਦੀ ਆ ਜੀ। RBI ਦੇ ਫੈਸਲੇ ਦੇ ਨਾਲ ਬੇਸ਼ੱਕ ਸਰਕਾਰ ਨੂੰ ਜਿਹੜਾ ਜੀ ਥੋੜ੍ਹਾ ਸੁੱਖ ਦਾ ਸਾਹ ਆਇਆ ਕਿਉਂਕਿ ਦੋ ਗੋਦਾਮਾਂ ਦੇ ਵਿੱਚੋਂ ਅਨਾਜ ਗਾਇਬ ਹੋਣ ਦੇ ਸ਼ੰਕਿਆਂ ਕਰਕੇ ਜਿਹੜੀ CCL ਹੈ ਕੈਸ਼ ਕ੍ਰੈਡਿਟ ਲਿਮਿਟ ਉਹਦੇ ਵਿੱਚ ਵੱਡੇ ਅੜਿੱਕੇ ਜਿਹੜੇ ਉਹ ਖੜ੍ਹੇ ਹੋ ਗਏ ਸੀਗੇ। ਬੈਂਕਾਂ ਦਾ ਸ਼ੱਕ ਹੈ ਜੀ ਕਿ 12,000 ਕਰੋੜ ਰੁਪਏ ਦਾ ਅਨਾਜ ਗਾਇਬ ਹੈ ਜਿਹੜੀ ਪੰਜਾਬ ਨੂੰ ਇਸੇ ਸਾਲ ਕੀਤੀ ਜਾਣ ਵਾਲੀ ਝੋਨੇ ਦੀ ਖਰੀਦ ਤੋਂ ਪਹਿਲਾਂ ਲੇਖਾ ਜੋਖਾ ਠੀਕ ਕਰਨ ਦੇ ਵਾਸਤੇ ਕਿਹਾ ਗਿਆ ਸੀ ਪਰ ਲੇਖਾ ਜੋਖਾ ਠੀਕ ਜਿਹੜਾ ਸੀਗਾ ਉਹ ਨਹੀਂ ਸੀ ਕੀਤਾ ਗਿਆ। ਕੱਲ੍ਹ ਇੱਥੇ ਪੰਜਾਬ ਦੇ ਵਿੱਚ ਛੁੱਟੀ ਸੀਗੀ ਪਰ ਇਹ ਪਤਾ ਲੱਗਿਆ ਜੀ ਕਿ ਜਿਹੜਾ PMO ਹੈ ਪ੍ਰਾਈਮ ਮਿਨਿਸਟਰ ਆਫਿਸ ਉਹਨੇ 12,000 ਕਰੋੜ ਰੁਪਈਏ ਦੇ ਇਸ ਕਥਿਤ ਘਪਲੇ ਦੇ ਬਾਰੇ ਦੇ ਵਿੱਚ ਡਿਟੇਲ ਰਿਪੋਰਟ ਜਿਹੜੀ ਆ ਉਹ ਮੰਗੀ ਆ। ਛੁੱਟੀ ਦੇ ਬਾਵਜੂਦ ਜਿਹੜੀਆਂ ਫਾਈਲਾਂ ਸੀਗੀਆਂ ਉਹਨਾਂ ਤੋਂ ਘੱਟਾ ਝਾੜਿਆ ਜਾ ਰਿਹਾ ਸੀਗਾ, ਫਾਈਲਾਂ ਨੂੰ ਖੰਗਾਲਿਆ ਜਾ ਰਿਹਾ ਸੀਗਾ ਕਿ ਉੱਤੇ ਜਾ ਕੇ ਦੱਸਣਾ ਕੀ ਹੈ। ਇੱਕ ਪਾਸੇ ਬੇਸ਼ੱਕ ਜਿਹੜਾ ਰਿਜ਼ਰਵ ਬੈਂਕ ਹੈ ਉਹਨੇ 17,000 ਕਰੋੜ ਰੁਪਈਏ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ ਕਰ ਦਿੱਤੇ ਹੋਣ, ਨਾਲ ਦੀ ਨਾਲ ਜਿਹੜੇ ਦੂਜੇ ਹੁਕਮ ਨੇ ਉਹਨੇ ਸਰਕਾਰ ਨੂੰ ਕੰਬਣੀ ਛੇੜੀ ਪਈ ਹੈ ਕਿ 12,000 ਕਰੋੜ ਰੁਪਈਏ ਦੀ ਡਿਟੇਲ ਕੀ ਹੈ ਉਹ ਵੀ ਲਿਆ ਕੇ ਦੱਸੋ। ਜੀ ਜੀ ਜੀ, ਇਹ 12,000 ਕਰੋੜ ਵਾਲੀ ਜੇ ਮਾਮਲੇ ਨੂੰ ਲੈ ਕੇ ਗੱਲ ਕਰੀਏ, ਸੁਨੀਲ ਜਾਖੜ ਹੁਣਾਂ ਨੇ ਮੁੱਖ ਮੰਤਰੀ ਹੁਣਾਂ ਖਿਲਾਫ਼ ਰਿਪੋਰਟ ਦਰਜ ਕਰਾਈ ਆ। ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਰਹੇ ਨੇ ਜੀ ਸੁਨੀਲ ਜਾਖੜ ਹੋਰੀ, ਉਹਨਾਂ ਨੇ ਇਹ ਜਿਹੜੀ ਆ ਜੀ ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਜਿਹੜਾ ਜੀ ਉੱਥੇ ਇਹ ਰਿਪੋਰਟ ਜਿਹੜੀ ਆ ਉਹ ਦਰਜ ਕਰਾਈ ਆ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ। ਐਕਚੁਲੀ ਵਿਜੀਲੈਂਸ ਨੇ ਪਹਿਲਾਂ ਜਿਹੜਾ ਸੀਗਾ ਜੀ ਇਹ ਰਿਪੋਰਟ ਲੈਣ ਤੋਂ ਨਾਂਹ ਜਿਹੜੀ ਸੀ ਉਹ ਕਰ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਇੱਦਾਂ ਉਹ ਜਿਹੜੀ ਰਿਪੋਰਟ ਆ ਉਹ ਲੈਂਦੇ ਨਹੀਂ ਆ। ਤੋ ਉਹਨਾਂ ਨੇ ਇਹ ਗੱਲ ਆਖੀ ਕਿ ਇਹ ਰਿਪੋਰਟ ਜਿਹੜੀ ਆ ਜੀ ਇਉਂ ਨਹੀਂ ਲਈ ਜਾ ਸਕਦੀ, ਪਰ ਜਿਹੜੇ ਸੁਨੀਲ ਜਾਖੜ ਹੋਰੀ ਸਨ ਜੀ ਉਹ ਇਸ ਗੱਲ ਦੇ ਉੱਤੇ ਅੜੇ ਰਹੇ ਕਿ ਉਹਨਾਂ ਨੇ ਇੱਥੇ ਹੀ ਜਿਹੜੀ ਆ ਜੀ ਰਿਪੋਰਟ ਆਪਣੀ ਦਰਜ ਕਰਵਾਉਣੀ ਹੈ। ਤੋ ਪਹਿਲਾਂ ਇੱਕ ਤੋਂ ਦੂਜੇ ਤੋਂ ਤੀਜੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹਨਾਂ ਦੇ ਗੇੜੇ ਜਿਹੜੇ ਸੀਗੇ ਉਹ ਲਵਾਏ ਗਏ। ਆਖਿਰ ਉਹਨਾਂ ਨੇ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਜਿਹੜੀ ਆ ਜੀ ਇਹ ਰਿਪੋਰਟ ਦਰਜ ਕਰਵਾਤੀ, ਉਹ ਤਾਂ ਹੋਈ ਦਰਜ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ ਇਹ ਸਾਡੀ ਐਪਲੀਕੇਸ਼ਨ ਨਹੀਂ ਲਓਗੇ ਤੇ ਅਸੀਂ ਬਾਹਰ ਜਿਹੜਾ ਜੀ ਉਹ ਧਰਨਾ ਲਾ ਦੇਵਾਂਗੇ। ਤੇ ਉਦੋਂ ਬਾਅਦ ਜਿਹੜਾ ਸੀਗਾ ਜੀ ਇਹਨਾਂ ਅਫਸਰਾਂ ਨੇ ਜਿਹੜੀ ਸੀ ਉਹ ਰਿਪੋਰਟ ਲਈ ਇਹ ਕਿਹਾ ਕਿ ਇੱਦਾਂ ਰਿਪੋਰਟ ਬੇਸ਼ੱਕ ਲਈ ਨਹੀਂ ਜਾਂਦੀ, ਅਸੀਂ ਤੁਹਾਡੀ ਰਿਪੋਰਟ ਜਿਹੜੀ ਆ ਜੀ ਉਹ ਲੈ ਲੈਂਦੇ ਹਾਂ ਤੇ ਉੱਪਰ ਜਿਹੜਾ ਜੀ ਉੱਪਰ ਵਾਲੇ ਅਫਸਰਾਂ ਨੂੰ ਜਿਹੜੀ ਆ ਜੀ ਉਹ ਫਾਰਵਰਡ ਕਰ ਦੇਵਾਂਗੇ। ਉਦੋਂ ਬਾਅਦ ਜਿਹੜਾ ਸੀਗਾ ਜੀ ਇਹ ਸਾਰਾ ਜਿਹੜਾ ਮਾਮਲਾ ਹੋਇਆ, ਐਕਚੁਲੀ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀ ਰਿਪੋਰਟ ਆ ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ਼ ਜਿਹੜੀ ਆ ਜੀ ਉਹ ਦਿੱਤੀ ਗਈ ਆ। ਵਿਜੀਲੈਂਸ ਥਾਣੇ ਦੇ ਬਾਹਰ ਜਿਹੜੀ ਆ ਜੀ ਗੱਲ ਕਰਦੇ ਹਾਂ ਸੁਨੀਲ ਜਾਖੜ ਹੋਰਾਂ ਨੇ ਇਹ ਗੱਲ ਆਖੀ ਆ ਕਿ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੇ ਉੱਤੇ ਬਣਦੀ ਹੈ ਕਿ 12,000 ਕਰੋੜ ਰੁਪਈਏ ਤੋਂ ਵੱਧ ਦੀ ਜਿਹੜੀ ਪੈਸਾ ਜੀ ਉਹਦੀ ਕਣਕ ਦੀ ਚੋਰੀ ਵਾਸਤੇ ਮੁੱਖ ਮੰਤਰੀ ਜਿਹੜੇ ਜੀ ਉਹ ਜ਼ਿੰਮੇਵਾਰ ਨੇ। ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਨੇ ਜਿਹੜੀ ਆ ਜੀ ਰਿਪੋਰਟ ਦਰਜ ਕਰਾਈ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਤੁਹਾਡੇ ਕੈਬਨਿਟ ਮੰਤਰੀ ਜਿਹੜੇ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਖੁਦ ਮੰਨ ਚੁੱਕੇ ਨੇ ਕਿ ਅਨਾਜ ਫੰਡ ਦੇ ਵਿੱਚੋਂ 900 ਕਰੋੜ ਰੁਪਈਆ ਆਟਾ ਦਾਲ ਸਕੀਮ ਦੇ ਵਾਸਤੇ ਵਰਤੇ ਗਏ ਨੇ, ਉਹ ਕਹਿੰਦੇ ਇਹ ਤਾਂ ਹੇਰਾ ਫੇਰੀ ਆਪ ਹੀ ਮੰਨੀ ਜਾ ਰਹੀ ਹੈ। ਇਸ ਕਰਕੇ ਇਹ ਜਿਹੜੀ ਆ ਜੀ ਰਿਪੋਰਟ ਦਰਜ ਜਿਹੜੀ ਹੈ ਉਹ ਕਰਵਾਈ ਗਈ ਹੈ। ਹੁਣ ਜਿਹੜੇ ਕੁਛ ਦਿਨ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਹੌਲੀ ਹੌਲੀ ਤੁਸੀਂ ਜਿਹੜੇ ਜੀ ਉਹ ਅਫਸਰ ਬਦਲਦੇ ਦੇਖਿਓ, ਇਹ ਜਿਹੜੀ ਰਿਪੋਰਟ ਲੈ ਲਈ ਆ ਇਹ ਉਸ ਪਾਸੇ ਵੱਲ ਨੂੰ ਇਸ਼ਾਰਾ ਕਰਦੀ ਹੈ ਜੀ ਕਿਤੇ ਨਾ ਕਿਤੇ ਕਿ ਬਦਲਣਾ ਇਹ ਸ਼ੁਰੂ ਹੋ ਗਿਆ ਜੀ, ਨਹੀਂ ਤਾਂ ਅਦਰਵਾਈਜ਼ ਤਾਂ ਡਾਂਗਾਂ ਡੂੰਗਾਂ ਨਾਲ ਭਜਾ ਦੇਣੇ ਸੀ ਉੱਥੋਂ ਜੀ। ਬਿਲਕੁਲ ਜੀ ਬਿਲਕੁਲ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦਿਖਣ ਲੱਗ ਗਿਆ ਵੀ ਭਵਿੱਖ ਦੇ ਵਿੱਚ ਕੀ ਹੋਣ ਵਾਲਾ। ਅਗਲੀ ਗੱਲ ਕਰਦੇ ਹਾਂ ਜੀ, ਇੱਕ ਦਿਨ ਦੇ ਵਿੱਚ 4 ਖੁਦਕੁਸ਼ੀਆਂ, ਇਹ ਬੜੀ ਬਦਕਿਸਮਤੀ ਹੈ ਜੀ। 2 ਤਾਂ ਐਵਰੇਜ ਜਿਹੜੀ ਆ ਉਹ ਇਸ ਵੇਲੇ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦੀ ਜਿਹੜੀ ਉਹ ਸਾਹਮਣੇ ਆਉਂਦੀ ਆ, ਪਰ ਪਿਛਲੇ 24 ਘੰਟਿਆਂ ਦੇ ਦੌਰਾਨ ਬੁਢਲਾਡਾ, ਭੋਗਪੁਰ, ਸਰਦੂਲਗੜ੍ਹ ਅਤੇ ਮੌੜ ਮੰਡੀ ਦੇ ਵਿੱਚ ਸੰਬੰਧਿਤ ਜਿਹੜੇ 4 ਕਿਸਾਨ ਨੇ ਉਹਨਾਂ ਨੇ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਕੀਤੀਆਂ ਨੇ ਜੀ। ਐਕਚੁਲੀ ਪਹਿਲਾਂ ਜੀ ਇੱਕ ਤਾਂ ਜਿਹੜੇ ਬੁਢਲਾਡੇ ਤੋਂ ਪਿੰਡ ਬੀਰੋ ਕੇ ਕਲਾਂ ਪੈਂਦਾ ਜੀ, ਉੱਥੋਂ ਦਾ ਮਿੱਠੂ ਸਿੰਘ ਸੀਗਾ 22 ਸਾਲਾਂ ਦਾ ਜਿਹੜਾ ਜੀ ਉਹਨੇ ਆਰਥਿਕ ਤੰਗੀ ਕਰਕੇ ਜਿਹੜੀ ਆ ਜੀ ਉਹ ਖੁਦਕੁਸ਼ੀ ਜਿਹੜੀ ਉਹ ਕਰ ਲਈ ਹੈ। ਸਿਰਫ ਇਹਦੇ ਕੋਲ 1.5 ਏਕੜ ਜਿਹੜੀ ਉਹ ਜ਼ਮੀਨ ਸੀਗੀ, ਨਰਮੇ ਦੀ ਜਿਹੜੀ ਫਸਲ ਸੀ, ਚਿੱਟਾ ਮੱਛਰ ਜਿਹੜਾ ਉਹ ਚੱਟ ਗਿਆ ਅਤੇ ਕੋਈ ਮੁਆਵਜ਼ਾ ਜਿਹੜਾ ਜੀ ਇਹਨੂੰ ਨਹੀਂ ਸੀ ਮਿਲਿਆ, ਜਿਹਦੇ ਕਰਕੇ ਇਹਨੇ ਜਿਹੜੀ ਆ ਜੀ ਇਹ ਖੁਦਕੁਸ਼ੀ ਜਿਹੜੀ ਆ ਉਹ ਕੀਤੀ ਆ।
ਸਰਦੂਲਗੜ੍ਹ ਦਾ ਹਰਦੀਪ ਸਿੰਘ ਜਟਾਣਾ ਜਿਹੜਾ ਜੀ ਮਾਫ਼ ਕਰਨਾ ਸਰਦੂਲਗੜ੍ਹ ਦੇ ਨੇੜੇ ਪੈਂਦਾ ਪਿੰਡ ਰੋਕੜੀ, ਉੱਥੋਂ ਦਾ ਗੁਰਪਿਆਰ ਸਿੰਘ ਆ 22 ਸਾਲਾਂ ਦਾ, ਇਹਨੇ ਫਾਹਾ ਲੈ ਕੇ ਖੁਦਕੁਸ਼ੀ ਜਿਹੜੀ ਆ ਜੀ ਉਹ ਕੀਤੀ ਆ। ਉਸੇ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਇਹ ਵੀ ਜਿਹੜਾ ਉਹ ਲੰਘ ਰਿਹਾ ਸੀਗਾ। ਭੋਗਪੁਰ ਦੇ ਨੇੜੇ ਪਿੰਡ ਖਰਲ ਕਲਾਂ ਪੈਂਦਾ ਜੀ, ਅਮਰਜੀਤ ਸਿੰਘ 55 ਸਾਲਾਂ ਦਾ ਜਿਹੜਾ ਸੀਗਾ ਜੀ, ਉਹ ਵੀ ਕਰਜ਼ੇ ਦਾ ਬੋਝ ਨਾ ਝੱਲਦਿਆਂ ਹੋਇਆਂ ਜੀ ਉਹਨੇ ਸਲਫਾਸ ਜਿਹੜੀ ਸੀ ਉਹ ਪੀ ਲਈ। ਮੌਰ ਮੰਡੀ ਦੇ ਨੇੜੇ ਪੈਂਦਾ ਜੀ ਪਿੰਡ ਕੋਟਭਾਰਾ, ਉੱਥੋਂ ਦਾ ਗੁਰਪਿਆਰ ਸਿੰਘ ਜਿਹੜਾ ਸੀਗਾ ਜੀ ਉਹ ਵੀ ਕਰਜ਼ੇ ਤੋਂ ਤੰਗ ਸੀਗਾ, ਉਹਨੇ ਵੀ ਜਿਹੜੀ ਕੀਟਨਾਸ਼ਕ ਦਵਾਈ ਹੈ ਨਾ ਜੀ ਉਹ ਪੀ ਲਈ। ਸਵਾਲ ਇਹ ਹੈ ਜੀ ਕੀਟਨਾਸ਼ਕ ਦਵਾਈਆਂ ਮੱਛਰ ਦੇ ਉੱਤੇ ਚਿੱਟੇ ਮੱਛਰ ਦੇ ਉੱਤੇ ਤਾਂ ਕੰਮ ਨਹੀਂ ਕਰਦੀਆਂ, ਪਰ ਜਦੋਂ ਕਿਸਾਨ ਪੀਂਦਾ ਨਾ ਜੀ ਉਦੋਂ ਪਤਾ ਨਹੀਂ ਅਸਲੀ ਕਿਉਂ ਨਿਕਲ ਆਉਂਦੀ ਆ। ਮਰਾਠਵਾੜਾ ਦੇ ਵਿੱਚ ਜਿਹੜਾ ਮਹਾਰਾਸ਼ਟਰ ਦਾ ਏਰੀਆ ਜੀ ਉੱਥੇ ਜਿਹੜੇ ਨਾਨਾ ਪਾਟੇਕਰ ਜੀ ਉਹ ਕੰਟੀਨਿਊਸ ਕੰਮ ਕਰ ਰਿਹਾ ਜੀ, ਜਿਹੜੇ ਜਿਹੜੇ ਕੋਈ ਚੰਗੇ ਕੰਮ ਨੇ ਉਹਦੀ ਪਿੱਟ ਥਾਪੜ ਨਹੀਂ ਬਣਦੀ ਆ ਜੀ, ਉਹ ਬੰਦਾ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਖੁਦਕੁਸ਼ੀ ਨਾ ਹੋਵੇ। ਅਕਸ਼ੇ ਕੁਮਾਰ ਨੇ 55 ਲੱਖ ਰੁਪਈਆ ਜਿਹੜਾ ਜੀ ਉਹ ਕਿਸਾਨਾਂ ਦੇ ਵਾਸਤੇ ਦਿੱਤਾ, ਉਹਨੇ ਪਹਿਲਾਂ ਵੀ 70 ਲੱਖ ਰੁਪਈਆ ਜਿਹੜਾ ਉਹ ਦਿੱਤਾ ਸੀਗਾ। ਆਮਿਰ ਖਾਨ ਨੇ ਇਸ ਏਰੀਏ ਦੇ ਵਿੱਚ 2 ਪਿੰਡ ਜਿਹੜੇ ਨੇ ਜੀ ਉਹ ਅਡੋਪਟ ਕੀਤੇ ਨੇ ਕਿ ਇੱਥੇ ਜਿਹੜਾ ਜੀ ਉਹ ਜਿੰਨਾ ਖਰਚਾ ਉਹ ਚੱਲ ਰਿਹਾ, ਪਰ ਹਰ ਰੋਜ਼ ਜਿਹੜੇ ਨਵੇਂ ਨਵੇਂ ਗੀਤ ਆਉਂਦੇ ਨੇ, ਜੱਟਾਂ ਨੇ ਉਹ ਕਰਤਾ, ਜੱਟਾਂ ਨੇ ਆਹ ਕਰਤਾ, ਜੱਟ ਨੇ ਬੰਦੂਕ ਚਲਾ ਤੀ, ਜਿੱਥੇ ਪਾਬੰਦੀ ਲੱਗੀ ਆ ਉੱਥੇ ਵੀ ਫਾਇਰ ਕਰਤਾ, ਜਾਂ ਕੋਈ ਮਸ਼ੂਕ ਰੱਖਦਾ ਅਸੀਂ ਮੁੱਛਾਂ ਰੱਖਦੇ ਹਾਂ ਜੱਟਾਂ ਦੇ। ਇੰਨੇ ਗੀਤ ਗਾਉਣ ਵਾਲੇ ਜਿਹੜੇ ਸਾਡੇ ਸਿੰਗਰ ਗਾਇਕ ਨੇ ਉਹ ਕਿੱਥੇ ਗਾਇਬ ਨੇ ਇਸ ਗੰਭੀਰ ਮਸਲੇ ਦੇ ਉੱਤੇ, ਜਿਨ੍ਹਾਂ ਦੇ ਉਹ ਗੀਤ ਗਾਉਂਦੇ ਨੇ ਉਹ ਤਾਂ ਹੁਣ ਚਾਰ ਚਾਰ ਮਰਨ ਲੱਗੇ ਰੋਜ਼ ਦੇ। ਜੀ ਬਿਲਕੁਲ ਜੀ, ਜਦੋਂ ਪੈਸਾ ਬਣਾਉਣਾ ਹੁੰਦਾ ਆ ਉਦੋਂ ਹੀ ਉਹਨਾਂ ਨੂੰ ਫੂਕ ਛਕਾਈ ਜਾਂਦੀ ਆ, ਜਦੋਂ ਵਾਕਿਆ ਉਹਨਾਂ ਨੂੰ ਜ਼ਰੂਰਤ ਹੁੰਦੀ ਉਦੋਂ ਗਾਇਬ ਰਹਿੰਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਸੁਪਰੀਮ ਕੋਰਟ ਨੇ ਆਖਿਆ ਵੀ ਫਸਲ ਬੀਮਾ ਯੋਜਨਾਵਾਂ ਅੱਖਾਂ 'ਚ ਘਟਾ। ਬਿਲਕੁਲ ਜੀ, ਇਹਨੂੰ ਬੜਾ ਪ੍ਰਚਾਰਿਆ ਗਿਆ ਐਕਚੁਲੀ, ਤੁਸੀਂ ਸੁਣਦੇ ਹੋਣੇ ਆ ਕਿ ਸਰਕਾਰ ਦੇ ਵੱਲੋਂ ਬੜੇ ਵੱਡੇ ਵੱਡੇ ਇਸ਼ਤਿਹਾਰ ਜਿਹੜੇ ਜੀ ਉਹ ਦਿੱਤੇ ਗਏ ਸੀਗੇ, ਪਰ ਸਰਕਾਰ ਦੇ ਵੱਲੋਂ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਜਿਹੜੀ ਫਸਲ ਬੀਮਾ ਯੋਜਨਾ ਉਹਨੂੰ ਝੂਠ ਦਾ ਪਲੰਦਾ ਕਰਾਰ ਦਿੱਤਾ ਜੀ। ਕਿਸੇ ਵਿਰੋਧੀ ਧਿਰ ਨੇ ਨਹੀਂ, ਕਿਸੇ ਪੱਤਰਕਾਰ ਨੇ ਨਹੀਂ, ਸੁਪਰੀਮ ਕੋਰਟ ਨੇ। ਸੁਪਰੀਮ ਕੋਰਟ ਨੇ ਇਹ ਕਿਹਾ ਜੀ ਕਿ ਝੂਠ ਦਾ ਪਲੰਦਾ ਹੈ ਕਿਉਂਕਿ ਇਹ ਲੋਕ ਨੀਤੀ ਦੀਆਂ ਸ਼ਰਤਾਂ ਦੇ ਤਹਿਤ ਖੇਤਾਂ 'ਚ ਹੋਏ ਨੁਕਸਾਨ ਦੇ ਮੁਆਵਜ਼ੇ ਦੇ ਵਿੱਚ ਦਾਅਵਾ ਪੇਸ਼ ਕਰਨ ਦੇ ਇਹ ਕਾਬਿਲ ਹੀ ਨਹੀਂ ਹੈ ਜੀ। ਸੁਪਰੀਮ ਕੋਰਟ ਨੇ ਸੋਕੇ ਦੇ ਬਾਰੇ ਦੇ ਵਿੱਚ ਜਿਹੜੀ ਇੱਕ PIL ਸੀਗੀ ਜੀ ਇਹਦੇ ਸੰਬੰਧੀ ਜਿਹੜੀ ਆ ਜੀ ਇਹਦੇ ਉੱਤੇ ਟਿੱਪਣੀਆਂ ਕੀਤੀਆਂ ਨੇ। ਐਕਚੁਲੀ ਜਿਹੜੇ ਪ੍ਰਸ਼ਾਂਤ ਭੂਸ਼ਣ ਹੋਰੀ ਪੇਸ਼ ਹੋਏ ਸਨ ਜੀ ਉਹਨਾਂ ਦੇ ਵੱਲੋਂ ਇਹ PIL ਸੀਗੀ, ਇਹਦੇ ਉੱਤੇ ਫਸਲ ਬੀਮਾ ਲੈਣ ਵਾਲੇ ਕਿਸਾਨਾਂ ਨੂੰ ਪਰ ਹੈਕਟੇਅਰ ਫਸਲ ਦੇ ਪ੍ਰੀਮੀਅਮ ਵਜੋਂ 2500 ਰੁਪਈਏ ਦੇਣੇ ਪੈਂਦੇ ਆ। ਉਹਨਾਂ ਕਿਹਾ ਕਿ ਸ਼ਰਤਾਂ ਦੇ ਮੁਤਾਬਕ ਜੇ 75% ਤੱਕ ਘੱਟ ਮੀਂਹ ਪੈਂਦਾ ਤਾਂ ਉਹ 25,000 ਰੁਪਈਆ ਪ੍ਰਤੀ ਹੈਕਟਰ ਦਾ ਮੁਆਵਜ਼ਾ ਲੈਣ ਦਾ ਹੱਕਦਾਰ ਹੋਊਗਾ। ਇੱਦਾਂ ਦੇ ਹਾਲਾਤ ਦੇ ਵਿੱਚ ਪੂਰੇ ਬਲਾਕ ਦੇ ਪਿੰਡ ਜੇ ਪ੍ਰਭਾਵਿਤ ਹੋਣਗੇ ਤਾਂ ਮਜਬੂਰ ਜਿਹੜੇ ਕਿਸਾਨਾਂ ਨੂੰ ਮੁਆਵਜ਼ੇ ਦੀ ਅਦਾਇਗੀ ਹੋਊਗੀ। ਬੈਂਚ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਜਿਹੜੀ ਆ ਜੀ 26 ਤਰੀਕ ਨੂੰ ਮੁੜ ਕੇ ਸੁਣਵਾਈ ਜਿਹੜੀ ਆ ਉਹ ਕੀਤੀ ਜਾਊਗੀ। ਜਿਹੜੀਆਂ ਦਲੀਲਾਂ ਨੇ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਜੇ ਕਿਸਾਨ ਮੁਆਵਜ਼ੇ ਦੇ ਹੱਕਦਾਰ ਬਣ ਵੀ ਜਾਂਦੇ ਨੇ ਤਾਂ ਜਿਹੜੀ ਲਾਗਤ ਦਾ ਸਿਰਫ 50% ਨੁਕਸਾਨ ਪੂਰਾ ਹੁੰਦਾ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜੇ ਕਿਸਾਨਾਂ ਕੋਲ ਬੀਮਾ ਹੀ ਨਾ ਹੋਵੇ ਤਾਂ ਵੀ ਸਰਕਾਰ ਸਿੰਚਾਈ ਵਾਲੀ ਜ਼ਮੀਨ ਦੇ ਉੱਤੇ ਫਸਲ ਨੁਕਸਾਨ ਜਿਹੜੀ ਹੁੰਦਾ ਉਹਦਾ ਪ੍ਰਤੀ ਹੈਕਟੇਅਰ 13,000 ਰੁਪਈਏ ਤੇ ਜਿੱਥੇ ਪਾਣੀ ਨਹੀਂ ਲੱਗਦਾ ਉਹ ਜ਼ਮੀਨ ਦਾ 6,800 ਰੁਪਈਆ ਮੁਆਵਜ਼ਾ ਜਿਹੜਾ ਜੀ ਉਹ ਦਿੰਦੀ ਆ। ਉਹਨਾਂ ਨੇ ਇਹ ਕਿਹਾ ਕਿ ਜੇ ਕਿਸਾਨਾਂ ਨੂੰ ਦੋਵਾਂ ਦਾ ਲਾਭ ਦੇ ਦਿੱਤਾ ਜਾਵੇ ਤਾਂ ਉਹਨਾਂ ਦੀ ਲਾਗਤ ਪੂਰੀ ਨਹੀਂ ਹੁੰਦੀ ਤੇ ਉਹ ਨੁਕਸਾਨ ਦੇ ਵਿੱਚ ਜਿਹੜਾ ਜੀ ਉਹ ਰਹਿੰਦੇ ਨੇ। ਆਈ ਥਿੰਕ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਇਸ ਟਿੱਪਣੀ ਤੋਂ ਬਾਅਦ ਸ਼ਾਇਦ ਇਹ ਜਿਹਨੂੰ ਜਿਹੜਾ ਬੜਾ ਪ੍ਰਚਾਰਿਆ ਜਾ ਰਿਹਾ ਜੇ ਇਸ ਫਸਲ ਬੀਮਾ ਯੋਜਨਾ ਨੂੰ ਉਹਦੀ ਫੂਕ ਜਿਹੜੀ ਆ ਉਹ ਨਿਕਲ ਰਹੀ ਪ੍ਰਤੀਤ ਹੁੰਦੀ ਹੈ। ਜੀ ਜੀ ਜੀ, ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ 'ਤੇ ਨਜ਼ਰ ਪ੍ਰੋਗਰਾਮ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਸਵੇਰੇ 9:30 ਵਜੇ ਅਤੇ ਰੋਜ਼ਾਨਾ ਸ਼ਾਮ ਨੂੰ 8:30 ਵਜੇ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਸਾਡੇ ਅੱਜ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪੋਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਇਹ ਫੈਕਟਰੀ ਦੀਆਂ ਸੇਵਾਵਾਂ ਦਿੰਦੇ ਹਨ। ਜੇ ਟਰੱਕਰ ਵੀਰ ਜਿਨ੍ਹਾਂ ਨੇ ਇਨਵੋਇਸਾਂ ਦਿੱਤਿਆਂ ਨੂੰ ਕਈ ਦਿਨ ਹੋ ਗਏ ਨੇ, ਮਹੀਨੇ ਹੋ ਗਏ ਨੇ ਅਤੇ ਅਜੇ ਤੱਕ ਪੇਮੈਂਟ ਨਹੀਂ ਮਿਲੀ, ਤਾਂ ਇਹ ਸੇਮ ਡੇ ਪੇਮੈਂਟ ਤੁਹਾਨੂੰ ਦੇ ਸਕਦੇ ਨੇ ਫੈਕਟਰਿੰਗ ਦੀ ਸਰਵਿਸਿਜ਼ ਦੇ ਨਾਲ। ਫੈਕਟਰਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-208-2600 ਦੇ ਉੱਤੇ। ਅਗਲੀ ਗੱਲ ਕਰਦੇ, ਆਮ ਆਦਮੀ ਪਾਰਟੀ ਵੱਲੋਂ ਬੋਲਦਾ ਪੰਜਾਬ ਸ਼ੁਰੂ ਕਰਨ ਦਾ ਫੈਸਲਾ।
ਐਕਚੁਅਲੀ ਜੀ ਇਹ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਆਖਿਆ ਗਿਆ ਜੀ ਕਿ 23 ਤਰੀਕ ਤੋਂ ਉਹਨਾਂ ਨੇ ਇਹ ਅਭਿਆਨ ਜਿਹੜਾ ਜੀ ਉਹ ਚਲਾਉਣਾ ਮੋਹਾਲੀ ਤੋਂ ਨੌਜਵਾਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕਰਕੇ ਇਹਦੀ ਸ਼ੁਰੂਆਤ ਕੀਤੀ ਜਾਊਗੀ। ਬਾਕੀ ਜਿਹੜਾ ਕਿਸਾਨ ਖੁਦਕੁਸ਼ੀਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ, ਭੌਂ ਮਾਫੀਆ, ਡਰੱਗ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ, ਕੇਬਲ ਮਾਫੀਆ, ਇਹਨਾਂ ਸਾਰਿਆਂ ਦੇ ਬਾਰੇ ਜਿਹੜੀ ਰਾਏ ਆ ਉਹ ਲਈ ਜਾਊਗੀ। 10 ਵੱਡੀਆਂ ਮੀਟਿੰਗਸ ਜਿਹੜੀਆਂ ਨੇ ਜੀ ਉਹ ਪੰਜਾਬ ਪੱਧਰ ਦੇ ਉੱਤੇ ਹੋਣਗੀਆਂ। ਜਿਹੜੇ ਇਹ ਚੋਣ ਮੈਨੀਫੈਸਟੋ ਜਿਹੜਾ ਜੀ ਇਸ ਮੀਟਿੰਗ ਤੋਂ ਬਾਅਦ ਜਿਹੜਾ ਜੀ ਉਹ ਬਣਾਉਣਾ, ਇਹਦੇ ਵਿੱਚ ਜਿਹੜੇ ਪੱਤਰਕਾਰ ਨੇ ਜੀ ਕੰਵਰ ਸੰਧੂ ਹੋਰੀ ਉਹਨਾਂ ਨੂੰ ਮੁੱਖੀ ਜਿਹੜਾ ਜੀ ਲਾਇਆ ਗਿਆ ਇਸ ਅਭਿਆਨ ਦਾ, ਜਿਹੜਾ ਬੋਲਦਾ ਪੰਜਾਬ ਹੈ। ਇਹਦੇ ਤੋਂ ਜਿਹੜਾ ਜੀ ਸਾਰੀ ਜਾਣਕਾਰੀ ਇਕੱਠੀ ਕਰਕੇ ਫਿਰ ਜਿਹੜਾ ਜੀ ਚੋਣ ਮੈਨੀਫੈਸਟੋ ਬਣਾਇਆ ਜਾਊਗਾ। ਹੁਣ ਵੇਖਣ ਵਾਲੀ ਗੱਲ ਜਿਹੜੀ ਹੈ ਜੀ ਇਹ ਰਹੂਗੀ ਕਿ ਕਿਹੋ ਜਿਹਾ ਚੋਣ ਮੈਨੀਫੈਸਟੋ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਲੋਕਾਂ ਦੇ ਵਾਸਤੇ ਲੈ ਕੇ ਆਉਂਦੀ ਹੈ। ਜਿਹਦੀ ਗੱਲ ਆਪਾਂ ਅਕਸਰ ਕਰਦੇ ਹਾਂ ਕਿ ਦੂਜਿਆਂ ਨੂੰ ਭੰਡੀ ਜਾਣ ਦੇ ਨਾਲ ਨਹੀਂ ਕੁਛ ਹੁੰਦਾ ਜੀ, ਤੁਸੀਂ ਕੀ ਕਰੋਗੇ ਇਹ ਜਿਹੜਾ ਦੱਸਣਾ ਜ਼ਰੂਰੀ ਹੈ। ਔਰ ਪੱਤਰਕਾਰਤਾ ਦੇ ਖੇਤਰ ਤੋਂ ਰਾਜਨੀਤੀ ਦੇ ਵਿੱਚ ਖੁੱਦੇ ਜਿਹੜੇ ਕੰਵਰ ਸੰਧੂ ਹੋਰੀ ਨੇ ਉਹ ਪੰਜਾਬ, ਇੱਕ ਤਾਂ ਗੱਲ ਮੰਨਣ ਵਾਲੀ ਹੈ ਕਿ ਪੰਜਾਬ ਦੀਆਂ ਸਮੱਸਿਆਵਾਂ ਤੋਂ ਉਹ ਬਹੁਤ ਭਲੀ ਭਾਂਤ ਜਿਹੜਾ ਜੀ ਉਹ ਵਾਕਫ ਨੇ ਔਰ ਖੁਦ ਉਹ ਸ਼ਿਕਾਰ ਵੀ ਰਹੇ ਨੇ ਜੀ। ਇੱਥੇ ਜੋ ਕੁਛ ਹੋਇਆ ਉਹਨਾਂ ਦਾ ਚੈਨਲ ਤੇ ਚਾਹੇ ਬਾਅਦ ਦੇ ਵਿੱਚ ਵੀ ਜੋ ਹੁੰਦਾ ਰਿਹਾ, ਜਿਹੜੇ ਤਰੀਕੇ ਨਾਲ ਉਹਨਾਂ ਨੂੰ ਥੱਲੇ ਲਾਇਆ ਗਿਆ, ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਇਹਨਾਂ ਚੀਜ਼ਾਂ ਨੂੰ ਉਹ ਇਸ ਚੋਣ ਮੈਨੀਫੈਸਟੋ ਦੇ ਵਿੱਚ ਉਭਾਰਨ ਦੇ ਵਿੱਚ ਸਫਲ ਰਹਿਣਗੇ। ਤੇ ਦੂਸਰੀ ਗੱਲ ਇਹ ਕਿ ਜਦੋਂ ਇਹ ਮੈਨੀਫੈਸਟੋ ਬਣ ਜਾਂਦਾ ਉਹਨੂੰ ਇੰਪਲੀਮੈਂਟ ਕਰਾਉਣ ਦੇ ਵਾਸਤੇ ਕੀ ਕੁਛ ਕਰਦੇ ਨੇ। ਜੀ ਜੀ ਇਹ ਅਕਸਰ ਹੁਣ ਇੱਕ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਆ। ਗੱਲ ਇਹ ਕਿਤੇ ਨਾ ਕਿਤੇ ਤੁਰ ਪੈਂਦੀ ਆ, ਕਿਤੇ ਆਮ ਆਦਮੀ ਪਾਰਟੀ ਸਮੇਂ ਤੋਂ ਪਹਿਲਾਂ ਪੀਕ ਤਾਂ ਨਹੀਂ ਕਰ ਰਹੀ, ਕਿਉਂਕਿ ਅਜੇ ਚੋਣਾਂ ਆਉਣ ਨੂੰ ਅਜੇ ਕਾਫੀ ਸਮਾਂ ਪਿਆ ਆ। ਇਸ ਨੂੰ ਲੈ ਕੇ ਕਿਤੇ ਕੋਈ ਇੱਦਾਂ ਦੀ ਗੱਲਬਾਤ ਹੈ ਵੀ ਸਮੇਂ ਤੋਂ ਪਹਿਲਾਂ ਹੀ ਪੀਕ ਕਰ ਰਹੇ ਆ, ਵੀ ਉਸ ਟਾਈਮ ਦੇ ਉੱਤੇ ਜਾ ਕੇ ਕਿਤੇ ਇਹਨਾਂ ਦੀਆਂ ਅੰਦਰੂਨੀ ਲੜਾਈਆਂ ਉਹੀ ਨਾ ਲੈ ਬੈਠਣ? ਦੇਖੋ ਆਈ ਥਿੰਕ ਜਿੱਥੋਂ ਤੱਕ ਤਾਂ ਇਹਦੀ ਗੱਲ ਹੈ ਜੀ ਚੋਣ ਮੈਨੀਫੈਸਟੋ ਦੀ, ਜੇ ਜਿਹੜੇ ਤਰੀਕੇ ਨਾਲ, ਕਿਉਂਕਿ ਅੱਗੇ ਇਹ ਹੁੰਦਾ ਸੀਗਾ ਜੀ ਕਿ ਉੱਤੋਂ ਇੱਕ ਕਿਤਾਬਚਾ ਜਿਹਾ ਦੇ ਦਿੱਤਾ ਜਾਂਦਾ ਸੀ, ਲਓ ਜੀ ਅਸੀਂ ਆਹ ਕੁਛ ਕਰਤਾ। ਇਹ ਨਵੀਂ ਸ਼ੁਰੂਆਤ ਆ ਵੈਸੇ ਜੀ ਕਿ ਲੋਕਾਂ ਦੇ ਵਿੱਚ ਜਾ ਕੇ, ਦਿੱਲੀ ਤੋਂ ਇਹਦੀ ਅਸਲ ਦੇ ਵਿੱਚ ਸ਼ੁਰੂਆਤ ਜਿਹੜੀ ਉਹ ਹੋਈ ਸੀਗੀ ਕਿ ਜਿਹੜਾ ਜੀ ਲੋਕਾਂ ਤੋਂ ਪੁੱਛਿਆ ਜਾਵੇ ਕਿ ਉਹ ਜਿਹੜਾ ਜੀ ਉਹ ਕੀ ਸਮਝਦੇ ਨੇ ਇਹਦੇ ਬਾਰੇ, ਕਿ ਕਿਹੜੀਆਂ ਚੀਜ਼ਾਂ ਜਿਹਨੂੰ ਉਹ ਪ੍ਰਮੁੱਖਤਾ ਦੇ ਨਾਲ ਲੈਂਦੇ ਨੇ। ਜੇ ਲੋਕਾਂ ਤੋਂ ਪੁੱਛ ਕੇ ਇਹ ਖਰੜਾ ਜਿਹੜਾ ਜੀ ਤਿਆਰ ਕਰਨਾ, ਫਿਰ ਉਹਦੇ ਵਾਸਤੇ ਸਮਾਂ ਤਾਂ ਥੋੜ੍ਹਾ ਜਿਹੜਾ ਜੀ ਉਹ ਚਾਹੀਦਾ। ਘੱਟੋ ਘੱਟ ਤੁਸੀਂ ਮਿਨੀਮਮ ਜਿਹੜਾ ਜੀ 2 ਮਹੀਨੇ ਜਿਹੜੇ ਉਹ ਲੈ ਕੇ ਚੱਲੋ ਕਿ 10 ਜਿਹੜੀਆਂ ਮੀਟਿੰਗਸ, ਤੇ ਉਦੋਂ ਬਾਅਦ ਉਹਨੂੰ ਲਿਖਿਤ ਰੂਪ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਆਉਣਾ। ਸੰਭਾਵੀ ਰੂਪ ਦੇ ਵਿੱਚ 15 ਸਪਤੰਬਰ ਤੋਂ ਜਿਹੜਾ ਜੀ ਚੋਣ ਜ਼ਾਬਤਾ ਲੱਗ ਸਕਦਾ, ਪਹਿਲਾਂ ਪਹਿਲਾਂ ਜਿਹੜਾ ਜੀ ਬਹੁਤਾ ਕੁਛ ਕਰਨਾ ਪੈਣਾ ਪਾਰਟੀਆਂ ਨੂੰ। ਮੇਰਾ ਨਹੀਂ ਖਿਆਲ ਕਿ ਤੂੰ ਅਰਲੀ ਆ, ਮੇਰਾ ਖਿਆਲ ਹੈ ਤਾਂ ਔਨ ਟਾਈਮ ਹੀ ਹੈ, ਕਿਉਂਕਿ ਇਹਨੂੰ ਹੀ ਤਕਰੀਬਨ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਫੋਲੋ ਕਰ ਰਹੀਆਂ ਨੇ। ਸੋ ਜੇ ਉਸ ਪੁਆਇੰਟ ਆਫ ਵਿਊ ਦੇ ਨਾਲ ਦੇਖਿਆ ਜਾਵੇ 15 ਸਪਤੰਬਰ ਨੂੰ ਸਾਹਮਣੇ ਰੱਖ ਕੇ, ਫਿਰ ਤਾਂ ਔਨ ਟਾਈਮ ਹੈ ਜੀ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਪੀਕ ਦੇ ਉੱਤੇ ਹੈ, ਸਮੱਸਿਆਵਾਂ ਤਾਂ ਹੁੰਦੀਆਂ ਹੀ ਨੇ, ਸਮੱਸਿਆ ਆਉਣੀ ਵੀ ਆ। ਜਿੱਦਣ ਜਿਹੜੀਆਂ ਖਾਸ ਤੌਰ ਦੇ ਉੱਤੇ ਜਿਹੜੀ ਆ ਜੀ ਜਦੋਂ ਸੀਟਾਂ ਦੀ ਵੰਡ ਹੋਣੀ, ਕੈਂਡੀਡੇਟ ਜਿਹੜੇ ਨੇ ਉਹ ਸਾਹਮਣੇ ਆਏ, ਉਹਨੂੰ ਬਾਅਦ ਜਿਹੜਾ ਜੀ ਕੁਛ ਸਮੱਸਿਆਵਾਂ ਤਾਂ ਆਉਣੀਆਂ ਨੇ, ਉਹ ਸਾਰੀਆਂ ਪਾਰਟੀਆਂ ਨੂੰ ਆਉਣੀਆਂ ਨੇ, ਇਹਨੂੰ ਵੀ, ਇਹਨੂੰ ਜ਼ਰਾ ਜ਼ਿਆਦਾ ਆਉਣੀਆਂ ਨੇ। ਉਹਦਾ ਰੀਜ਼ਨ ਇਹ ਆ ਜੀ ਕਿ ਬਹੁਤੇ ਜਿਹੜੇ ਨੇ ਆ ਰਹੇ ਉਹ MLA ਤਕਰੀਬਨ ਉਹਦੀ ਫੀਲਿੰਗ ਲੈ ਕੇ ਤਾਂ ਆ ਰਹੇ ਨੇ ਜੀ। ਬਿਲਕੁਲ ਜੀ, ਕਈ ਤਾਂ ਕੈਬਨਿਟ ਮਿਨਿਸਟਰ ਆ ਰਹੇ ਨੇ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਥਾਂ ਥਾਂ ਕਣਕਾਂ ਨੂੰ ਅੱਗ ਲੱਗ ਰਹੀ ਹੈ, ਪਰ ਬਹੁਤੇ ਕਸਬਿਆਂ ਸ਼ਹਿਰਾਂ ਦੇ ਵਿੱਚ ਫਾਇਰ ਬ੍ਰਿਗੇਡ ਦੀ ਘਾਟ। ਕਣਕਾਂ ਨੂੰ ਅੱਗ ਹਰ ਸਾਲ ਜਿਹੜੀ ਆ ਜੀ ਉਹ ਲੱਗਦੀ ਆ, ਇਸ ਵਾਰੀ ਵੀ ਜਿਹੜੀ ਆ ਜੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਅੱਗ ਨੇ ਨੁਕਸਾਨ ਆ ਉਹ ਕੀਤਾ। ਥੋੜ੍ਹੀ ਜਿਹੀ ਇੱਕ ਨਿੱਕੀ ਜਿਹੀ ਚੰਗਿਆਰੀ ਜਿਹੜੀ ਆ ਉਹ ਨਿਕਲਦੀ ਆ, ਅਤੇ ਫਿਰ ਸੈਂਕੜੇ ਏਕੜ ਜਿਹੜੀ ਫਸਲ ਹੈ ਉਹਨੂੰ ਸਾੜ ਕੇ ਸਵਾਹ ਜਿਹੜਾ ਜੀ ਉਹ ਕਰ ਦਿੰਦੀ ਹੈ। ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਤਹਿਤ ਜਿਹੜੀ ਜਾਣਕਾਰੀ ਹੈ ਜੀ, ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਨੇ ਪੰਜਾਬ ਦੇ ਸ਼ਹਿਰਾਂ ਦੇ। ਜਿਹੜਾ ਅੱਗ ਬੁਝਾਊ ਪ੍ਰਬੰਧ ਹੈ ਜੀ ਉਹਨਾਂ ਦਾ ਜਲੂਸ ਜਿਹੜਾ ਉਹ ਨਿਕਲਿਆ ਹੋਇਆ ਪੰਜਾਬ ਦੇ 85 ਵੱਡੇ ਤੇ ਦਰਮਿਆਨੇ ਸ਼ਹਿਰਾਂ ਦੇ ਵਿੱਚ ਫਾਇਰ ਸਟੇਸ਼ਨ ਹੀ ਹੈ ਨੀ ਗੇ। ਸਿਰਫ 10 ਨਗਰ ਨਿਗਮ ਨੇ ਤੇ 32 ਨਗਰ ਕੌਂਸਲ ਨੇ ਜਿਹਨਾਂ ਦੇ ਵਿੱਚ ਫਾਇਰ ਸਟੇਸ਼ਨ ਜਿਹੜੇ ਉਹ ਸਥਾਪਿਤ ਜਿਹੜਾ ਉਹ ਕੀਤੇ ਗਏ ਨੇ ਜੀ। ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹ ਹੈ ਨੀ ਗੀਆਂ ਬਹੁਤੇ ਥਾਵਾਂ ਦੇ ਉੱਤੇ। ਪੰਜਾਬ ਭਰ ਦੇ ਵਿੱਚ 140 ਫਾਇਰ ਟੈਂਡਰ ਨੇ, ਜਦੋਂ ਕਿ ਜ਼ਰੂਰਤ 500 ਫਾਇਰ ਟੈਂਡਰਾਂ ਦੀ ਹੈ ਜੀ। ਪੰਜਾਬ ਦੇ ਵਿੱਚ ਜਿਹੜੀਆਂ ਹਾਈ ਰਾਈਜ਼ ਬਿਲਡਿੰਗ ਹੁਣ ਜੋ ਤੁਸੀਂ ਆਉਂਦੇ ਹੋ ਤੇ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ, ਜਿਹੜੀਆਂ ਅਪਾਰਟਮੈਂਟਾਂ ਨੇ ਜੀ ਵੱਡੀਆਂ ਕਈ ਕਈ ਮੰਜ਼ਿਲਾਂ,
ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਹਾਈਡ੍ਰੋਲਿਕ ਗੱਡੀ ਆ ਜਿਹਦੇ ਨਾਲ ਉੱਪਰ ਜਾਇਆ ਜਾ ਸਕਦਾ ਉਹ ਇੱਕੋ ਹੀ ਆ ਪੰਜਾਬ 'ਚ ਮੋਹਾਲੀ ਦੇ ਵਿੱਚ ਆ ਉਹ ਵੀ ਦਾਨ ਕੀਤੀ ਹੋਈ ਆ ਕਿਸੇ ਦੀ ਦੂਜਾ ਇਹਦਾ ਪੱਖ ਜਿਹੜਾ ਜੀ ਸਭ ਤੋਂ ਖਤਰਨਾਕ ਤੁਸੀਂ ਇਹ ਕਹਿ ਲਓ ਕਿ ਇਹਦੇ ਉੱਤੇ ਸਰਕਾਰਾਂ ਨੇ ਕਦੀ ਗੰਭੀਰਤਾ ਦੇ ਨਾਲ ਸੋਚਿਆ ਹੀ ਨਹੀਂ 2011-12 ਦੇ ਵਿੱਚ ਸੈਂਟਰ ਦੀ ਸਰਕਾਰ ਨੇ 2,65,00,000 ਰੁਪਈਏ ਦੇ ਫੰਡ ਜਿਹੜੇ ਆ ਜੀ ਉਹ ਪੰਜਾਬ ਨੂੰ ਦਿੱਤੇ ਸੀਗੇ ਕੇਂਦਰ ਦੀ ਸਰਕਾਰ ਨੇ ਹਰਿਆਣੇ ਨੂੰ ਪਿਛਲੇ 5 ਸਾਲਾਂ ਦੇ ਵਿੱਚ ਇਹਦੇ ਵਾਸਤੇ 100,00,000,000 ਰੁਪਈਏ ਦੇ ਫੰਡ ਜਿਹੜੇ ਆ ਜੀ ਉਹ ਦਿੱਤੇ ਆ ਪੰਜਾਬ ਨੇ ਚਿੱਠੀ ਜਿਹੜੀ ਆ ਉਹ ਜ਼ਰੂਰ ਲਿਖੀ ਸੀ ਕੁਛ ਸਾਲ ਪਹਿਲਾਂ ਮੁੜ ਕੇ ਇਹ ਲਿਖਿਆ ਸੀਗਾ ਜੀ ਕਿ ਪੰਜਾਬ ਦੇ ਵਿੱਚ ਜਿਹੜੀ 500 ਗੱਡੀਆਂ ਦੀ ਲੋੜ ਹੈ ਪਰ ਜਿਹੜੇ ਜੀ ਮੁੜ ਕੇ ਚਿੱਠੀ ਲਿਖ ਕੇ ਇਹ ਭੁੱਲ ਭੁਲਾਈ ਜਿਹੜਾ ਜੀ ਉਹ ਗਏ ਕੇਂਦਰ ਸਰਕਾਰ ਨੂੰ 2 ਸਾਲ ਪਹਿਲਾਂ ਅੰਮ੍ਰਿਤਸਰ ਅਤੇ ਲੁਧਿਆਣੇ ਦਾ ਪ੍ਰੋਜੈਕਟ ਜਿਹੜਾ ਉਹ ਭੇਜਿਆ ਸੀਗਾ ਇਹਦੇ ਉੱਤੇ ਕੋਈ ਗੌਰ ਨਹੀਂ ਹੋਇਆ ਨਾ ਜਾ ਕੇ ਦੁਬਾਰਾ ਜਿਹੜਾ ਜੀ ਉਹ ਸੈਂਟਰ ਦੀ ਸਰਕਾਰ ਨੂੰ ਪੁੱਛਿਆ ਗਿਆ ਕਿ ਇਹਦੇ ਉੱਤੇ ਤੁਸੀਂ ਜਿਹੜਾ ਜੀ ਉਹ ਕੀ ਕੀਤਾ ਰੱਬ ਆਸਰੇ ਨੇ ਕਿਸਾਨ ਜਿਹੜੇ ਔਰ ਰੱਬ ਆਸਰੇ ਨੇ ਹਾਈ ਰਾਈਜ਼ ਬਿਲਡਿੰਗਸ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਪੰਜਾਬ ਦੇ ਕੁਝ ਜਿਹੜੇ ਵੱਡੇ ਸ਼ਹਿਰ ਨੇ ਜਿਹਨਾਂ ਦੇ ਜਿਹੜੇ ਪੁਰਾਤਨ ਜੇ ਏਰੀਏ ਦੇ ਵਿੱਚ ਉਹਨਾਂ 'ਚ ਤੁਸੀਂ ਚਲੇ ਜਾਓ ਉਹ ਚਾਹੇ ਅੰਮ੍ਰਿਤਸਰ ਹੈ ਚਾਹੇ ਲੁਧਿਆਣਾ ਹੈ ਚਾਹੇ ਜਲੰਧਰ ਹੈ ਚਾਹੇ ਪਟਿਆਲਾ ਅੰਦਰ ਉੱਥੇ ਸਾਈਕਲ ਔਖਾ ਜਾਂਦਾ ਜੀ ਫਾਇਰ ਬ੍ਰਿਗੇਡ ਜਿਹੜੀ ਹੈ ਜੀ ਉਹ ਕਿਵੇਂ ਜਾਣੀ ਆ ਅਤੇ ਫਾਇਰ ਬ੍ਰਿਗੇਡ ਜੇ ਚਲੀ ਵੀ ਗਈ ਤਾਂ ਉਹ ਇੱਦਾਂ ਦੀਆਂ ਨੇ ਜੀ ਕਿ ਉਹ ਫਾਇਰ ਬ੍ਰਿਗੇਡ ਜਾ ਰਹੀ ਹੁੰਦੀ ਹੈ ਅਤੇ ਪਿੱਛੋਂ ਕੋਈ ਬਹੁਤਾ ਛੋਲਾ ਜਿਹੜਾ ਉਹਨਾਂ ਦੀ ਆਉਂਦਾ ਉਹ ਹਾਰਨ ਮਾਰ ਕੇ ਉਹਨੂੰ ਤੋਂ ਅੱਗੇ ਲੰਘ ਰਿਹਾ ਹੁੰਦਾ ਕਿਉਂਕਿ ਵਿਚਾਰੀ ਚੱਲਦੀ ਉੰਨੀ ਕੁ ਸਪੀਡ 'ਚ ਜੀ 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 ਅਤੇ ਅਗਲੀ ਆਪਾਂ ਗੱਲ ਕਰੀਏ ਪੱਤਰਕਾਰਾਂ ਲਈ ਕੰਮ ਕਰਨ ਦੇ ਹਾਲਾਤਾਂ ਦੇ ਵਿੱਚ ਭਾਰਤ ਦਾ 133ਵਾਂ ਥਾਂ ਇਹ ਐਕਚੁਲੀ ਜੀ ਰਿਪੋਰਟਰਸ ਵਿਦਆਊਟ ਬਾਰਡਰ ਹੈਗੀ ਆ ਜੀ ਇੱਕ ਇਹ ਜਿਹੜੀ ਜਥੇਬੰਦੀ ਵਿਸ਼ਵ ਪੱਧਰ ਦੇ ਉੱਤੇ ਕੰਮ ਕਰਦੀ ਆ RCF ਇਹਦੇ ਵੱਲੋਂ ਜਿਹੜਾ ਜੀ ਹਰ ਸਾਲ ਅੰਕੜੇ ਜਿਹੜੇ ਨੇ ਉਹ ਜਾਰੀ ਕੀਤੇ ਜਾਂਦੇ ਨੇ ਜਿਹਦੀ ਜਿਹੜੀ ਆਜ਼ਾਦੀ ਹੈ ਪੱਤਰਕਾਰਾਂ ਦੀ ਉਹਦੇ ਵਿੱਚ ਭਾਰਤ ਦਾ ਜਿਹੜਾ 180 ਮੁਲਕਾਂ ਦੇ ਵਿੱਚੋਂ 133ਵਾਂ ਥਾਂ ਜਿਹੜਾ ਜੀ ਉਹ ਹੈਗਾ ਭਾਰਤੀ ਪੱਤਰਕਾਰਾਂ ਨੂੰ ਜਿਹੜੇ ਖਤਰੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਇਹ ਜਿਹੜੀ RCF ਹੈ ਉਹਨੇ ਟਿੱਪਣੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਨਰਿੰਦਰ ਮੋਦੀ ਹੋਰੀ ਉਹ ਇਹਨੂੰ ਕੋਈ ਬਹੁਤੀ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਫਿਨਲੈਂਡ ਜਿਹੜਾ ਜੀ ਉਹ ਇਸ ਸੂਚੀ ਦੇ ਵਿੱਚ 6ਵੇਂ ਸਾਲ ਲਗਾਤਾਰ ਸਿਖਰ ਦੇ ਉੱਤੇ ਹੈ ਦੂਜੇ ਅਤੇ ਤੀਜੇ ਨੰਬਰ ਦੇ ਉੱਤੇ ਨੀਦਰਲੈਂਡ ਅਤੇ ਨਾਰਵੇ ਜਿਹੜੇ ਉਹ ਕਾਬਜ਼ ਨੇ ਜਿੱਥੇ ਕਿ ਪੱਤਰਕਾਰਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਜਿਹੜਾ ਜੀ ਉਹ ਧਿਆਨ ਦਿੱਤਾ ਜਾਂਦਾ ਜੀ ਭਾਰਤ ਦੀ ਇੰਨੀ ਕੁ ਗੱਲ ਜ਼ਰੂਰ ਹੈਗੀ ਕਿ ਤਿੰਨਾਂ ਸਥਾਨਾਂ ਦਾ ਜਿਹੜਾ ਜੀ ਵਾਧਾ ਦਰਜ ਇਹਦੇ ਵਿੱਚ ਕੀਤਾ ਗਿਆ ਪਿਛਲੇ ਸਾਲ ਭਾਰਤ 136ਵੇਂ ਨੰਬਰ ਦੇ ਉੱਤੇ ਸੀਗਾ ਅਤੇ ਐਤਕੀ 133ਵੇਂ ਨੰਬਰ ਦੇ ਉੱਤੇ ਜਿਹੜਾ ਜੀ ਉਹ ਹੈ RCF ਦੇ ਵੱਲੋਂ ਜਾਰੀ ਰਿਪੋਰਟ ਦੇ ਮੁਤਾਬਕ ਪੱਤਰਕਾਰ ਅਤੇ ਬਲੌਗ ਲਿਖਣ ਵਾਲੇ ਜਿਹੜੇ ਨੇ ਉਹਨਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਧਾਰਮਿਕ ਸੰਗਠਨ ਜਿਹੜੇ ਨੇ ਉਹਨਾਂ ਨੂੰ ਆਪਣੇ ਟਾਰਗੇਟ ਦੇ ਉੱਤੇ ਜਿਹੜਾ ਜੀ ਉਹ ਰੱਖਦੇ ਨੇ ਜਿਹਦੇ ਕਰਕੇ ਪੱਤਰਕਾਰੀ ਕਰਨੀ ਜਿਹੜੀ ਆ ਜੀ ਉਹ ਬਹੁਤ ਔਖੀ ਇਸ ਮੁਲਕ ਦੇ ਵਿੱਚ ਜਿਹੜੀ ਆ ਜੀ ਉਹ ਸਮਝੀ ਜਾਂਦੀ ਹੈ ਰਿਪੋਰਟ ਇਹ ਵੀ ਕਹਿੰਦੀ ਆ ਕਿ ਮੀਡੀਆ ਕਵਰੇਜ ਦੇ ਉੱਤੇ ਆਪਣਾ ਕੰਟਰੋਲ ਰੱਖਣ ਦੇ ਇਰਾਦੇ ਦੇ ਨਾਲ ਜਿਹੜਾ ਜੀ ਪੱਤਰਕਾਰੀ ਸਿਖਾਉਣ ਲਈ ਯੂਨੀਵਰਸਿਟੀਆਂ ਖੋਲ੍ਹਣ ਦੇ ਉੱਤੇ ਵਿਚਾਰ ਕਰ ਰਹੇ ਨੇ ਪ੍ਰਧਾਨ ਮੰਤਰੀ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਉਹ ਸਿਰਫ ਇੱਥੇ ਤਾਂ ਕਿ ਕੰਟਰੋਲ ਜਿਹੜਾ ਜੀ ਉਹ ਰੱਖਿਆ ਜਾ ਸਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਾਬਕਾ ਅਧਿਕਾਰੀ ਇਹਨੂੰ ਜਿਹੜਾ ਜੀ ਉਹ ਚਲਾਉਣਗੇ ਇਸ ਕਰਕੇ ਇਹਨੂੰ ਖਤਰਨਾਕ ਜਿਹੜਾ ਨਾ ਜੀ ਉਹ ਸਮਝਿਆ ਗਿਆ ਜੀ ਇਹਦੇ ਵਿੱਚ ਜਿਹੜੇ ਭਾਰਤ ਦੇ ਗੁਆਂਢੀ ਨੇ ਪਾਕਿਸਤਾਨ ਨੂੰ 147ਵਾਂ ਨੰਬਰ ਮਿਲਿਆ ਸ੍ਰੀਲੰਕਾ ਨੂੰ 141ਵਾਂ ਬੰਗਲਾਦੇਸ਼ ਨੂੰ 144ਵਾਂ ਨੇਪਾਲ ਨੂੰ 105ਵਾਂ ਅਤੇ ਭੂਟਾਨ ਨੂੰ 94ਵੇਂ ਨੰਬਰ ਜਿਹੜਾ ਜੀ ਉਹ ਮਿਲਿਆ ਜਿਹੜੀਆਂ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਨੇ ਚਾਈਨਾ ਅਮੈਰੀਕਾ ਅਤੇ ਰਸ਼ੀਆ ਇਹ ਇੱਥੇ 176ਵਾਂ ਜਿਹੜਾ ਹੈ ਜੀ ਉਹ ਚਾਈਨਾ 44ਵੇਂ ਦੇ ਉੱਤੇ ਅਮੈਰੀਕਾ ਹੈ ਅਤੇ 148ਵੇਂ ਦੇ ਉੱਤੇ ਜਿਹੜਾ ਜੀ ਉਹ ਰਸ਼ੀਆ ਦੱਸਿਆ ਗਿਆ ਜੀ ਇਸ ਦਰਜਾਬੰਦੀ ਦੇ ਵਿੱਚ ਕਿ ਪੱਤਰਕਾਰਾਂ ਨੂੰ ਕਿਸ ਜਗ੍ਹਾ ਦੇ ਉੱਤੇ ਕਿੰਨੀਆਂ ਮੁਸ਼ਕਲਾਂ ਨੇ ਜੀ 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 ਅਗਲੀ ਜੇ ਆਪਾਂ ਗੱਲ ਕਰੀਏ ਇੱਕ ਸ਼ਿਵ ਸੈਨਾ ਦਾ ਲੀਡਰ ਸੁਸ਼ੀਲ ਕੁਮਾਰ ਜੋ ਕਿਸੇ ਟਾਈਮ ਕਹਿੰਦਾ ਸੀਗਾ ਵੀ ਇਸਲਾਮ ਨੂੰ ਜਿਹੜਾ ਭਾਰਤ ਤੋਂ ਕੱਢ ਦਿਆਂਗੇ ਉਸ ਨੇ ਹੁਣ ਆਪ ਹੀ ਇਸਲਾਮ ਕਬੂਲ ਲਿਆ ਉਸ ਦੀ ਘਰ ਵਾਪਸੀ ਕਦੋਂ ਹੋਊ ਐਕਚੁਲੀ ਜੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਦਾ ਐਕਚੁਲੀ ਕਿਉਂਕਿ ਮੇਰਾ ਪਰਸਨਲ ਜਿਹੜਾ ਵਿਚਾਰ ਹੁੰਦਾ ਜੀ ਕਿ ਇਹਨਾਂ ਨੂੰ ਨਾ ਹੀ ਬਹੁਤਾ ਜਿਹੜਾ ਜੀ ਪੁੱਛਿਆ ਦੱਸਿਆ ਜਾਵੇ ਉਹਦਾ ਰੀਜ਼ਨ ਇਹ ਆ ਜੀ ਇਹ ਕਿਸੇ ਇੱਕ ਸਟੈਂਡ ਦੇ ਉੱਤੇ ਖੜ੍ਹੇ ਹੋਣ ਵਾਲੇ ਲੋਕ ਨੀਗੇ ਦੋਧੀਆਂ ਦਾ ਸਾਈਕਲ ਤੁਹਾਨੂੰ ਯਾਦ ਹੋਣਾ ਜੀ ਉਹਦਾ ਕੋਈ ਸਟੈਂਡ ਨਹੀਂ ਹੁੰਦਾ ਜਿਹੜੀ ਮਰਜ਼ੀ ਕੰਧ ਨਾ ਲਾ ਕੇ ਜਿਹੜਾ ਜੀ ਉਹ ਖੜ੍ਹਾ ਕਰ ਦਿਓ ਉਹੋ ਜਿਹੇ ਹਾਲਾਤ ਤਾਂ ਇਹਨਾਂ ਦੇ ਜਿਹੜੇ ਉਹ ਹੈਗੇ ਨੇ ਸ਼ਿਵ ਸੈਨਾ ਵਾਲੇ ਜਿਹੜੇ ਨੇ ਜੀ ਉਹ ਇੱਕ ਪਾਸੇ ਰਾਜ ਦਾ ਸੁੱਖ ਵੀ ਮਾਣੀ ਜਾਂਦੇ ਨੇ ਸੈਂਟਰ ਦੇ ਵਿੱਚ ਵੀ ਅਤੇ ਮਹਾਰਾਸ਼ਟਰ ਦੇ ਵਿੱਚ ਵੀ ਦੂਜੇ ਪਾਸੇ ਜਿਹੜਾ ਜੀ ਉਹ ਖਿਚਾਈ ਵੀ ਇਹਨਾਂ ਦੀ ਜਿਹੜੀ ਆ ਜੀ ਉਹ ਕਰੀ ਜਾ ਰਹੇ ਨੇ ਜੇ ਤੁਸੀਂ ਇਹਨਾਂ ਦੀਆਂ ਰਿਸ਼ਤੇਦਾਰੀਆਂ ਦੇਖਣੀਆਂ ਹੋਣ ਹਾਲਾਂਕਿ ਕਿਸੇ ਦੇ ਪਰਸਨਲ ਲੈਵਲ ਦੇ ਉੱਤੇ ਜਾਣਾ ਨਹੀਂ ਚਾਹੀਦਾ
ਰਿਸ਼ਤੇਦਾਰੀਆਂ ਦੀ ਘੋਖ ਕਰਕੇ ਦੇਖ ਲੈਣਾ ਜੀ ਕਿ ਕਿੰਨਾ ਕਿੰਨਾ ਦੇ ਨਾਲ ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ, ਜਿਹਨਾਂ ਦੇ ਵਿਰੋਧ ਦੇ ਵਿੱਚ ਬੋਲਦੇ ਨੇ ਉਹ ਤਾਂ ਸਭ ਤੋਂ ਨੇੜਲੇ ਰਿਸ਼ਤੇਦਾਰ ਨੇ ਇਹਨਾਂ ਦੇ। ਜੀ 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 ਬਿਲਕੁਲ ਸਹੀ ਗੱਲ ਆ। ਅਤੇ ਇਹ ਵੀ ਸੁਣਿਆ ਵੀ ਮੋਦੀ ਹੁਣੀ ਜੂਨ ਦੇ ਵਿੱਚ ਚੌਥੇ ਅਮਰੀਕੀ ਫੇਰੇ ਦੇ ਉੱਤੇ ਆ ਸਕਦੇ ਆ 7 ਜਾਂ 8 ਜੂਨ ਨੂੰ, ਇਹਨਾਂ ਦਾ ਜੇਲ ਨਹੀਂ ਲੱਗਦਾ ਲੱਗਦਾ ਉੱਥੇ। ਹੁਣ ਇਹ ਆ ਰਹੀ ਰਿਪੀਟ ਸ਼ੁਰੂ ਹੋਈ ਹੈ, ਦੋਹਰ ਲਾਉਣੀ ਕਹਿੰਦੇ ਆ ਕਿਸਾਨੀ ਬੋਲੀ ਦੇ ਵਿੱਚ ਇਹਨੂੰ, ਜਦੋਂ ਮਿੱਟੀ ਜਿਹੜੀ ਆ ਜੀ ਉਹਦੇ 'ਚ ਦਲੇ ਹੋਣ ਤੇ ਫਿਰ ਦੋਹਰ ਲਾਈ ਜਾਂਦੀ ਆ। ਹੁਣ ਦੋਹਰ ਲਾਉਣ ਦੇ ਵੱਲ ਨੂੰ ਜਿਹੜਾ ਇਹਨਾਂ ਦੀ ਉਦਾਣਗੇ, ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀਗਾ ਵੀ ਕਿਸੇ ਨੇ ਚਿੱਠੀ ਜਿਹੜੀ ਉਹ ਲਿਖੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਕਿ ਮੈਂ ਕੁਛ ਗੰਭੀਰ ਗੱਲਾਂ ਦੇ ਉੱਤੇ ਤੁਹਾਡਾ ਧਿਆਨ ਜਿਹੜਾ ਦੀ ਮੰਗਦਾ, ਪਰ ਮੈਂ ਇਸ ਚਿੱਠੀ 'ਚ ਇਹਨਾਂ ਗੰਭੀਰ ਗੱਲਾਂ ਦਾ ਜ਼ਿਕਰ ਨਹੀਂ ਕਰ ਰਿਹਾ। ਮੈਂ ਇਹ ਚਿੱਠੀ ਸਿਰਫ ਇਸ ਕਰਕੇ ਪਾ ਰਿਹਾ ਤੁਹਾਨੂੰ ਪੁੱਛਣ ਦੇ ਵਾਸਤੇ ਕਿ ਤੁਸੀਂ ਮੁਲਕ 'ਚ ਹੀ ਹੋ। ਜੀ 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 ਅਤੇ ਜਿਹੜਾ ਇਸ ਟਾਈਮ ਵਿਵਾਦ ਬਣਿਆ ਹੋਇਆ ਐਸ ਜੀ ਪੀ ਸੀ ਅਤੇ ਗਿਆਨੀ ਗੁਰਬਚਨ ਸਿੰਘ ਹੁਣਾਂ ਦਾ, ਉਸ ਦੇ ਵਿੱਚ ਕਿਹਾ ਜਾ ਰਿਹਾ ਵੀ ਮੱਕੜ ਹੁਣਾਂ ਨੂੰ ਕਿਸੇ ਵੀ ਟਾਈਮ ਸ਼੍ਰੀ ਅਕਾਲ ਤਖ਼ਤ 'ਤੇ ਹਾਜ਼ਰ ਹੋਣ ਲਈ ਕਿਹਾ ਜਾ ਸਕਦਾ। ਗਿਆਨੀ ਗੁਰਬਚਨ ਸਿੰਘ ਹੋਰਾਂ ਦਾ ਜਿਹੜਾ ਜੀ ਇਹ ਟਸਲ ਜਿਹੜੀ ਸ਼ੁਰੂ ਹੋਈ ਆ, ਜਿਹਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਸੁਪਰੀਮ ਕੌਣ ਉੱਤੇ ਜਿਹੜਾ ਜੀ ਇਹ ਚੱਲ ਰਿਹਾ। ਸੋ ਇਹ ਬਿਲਕੁਲ ਇਹ ਗੱਲ ਜਿਹੜੀ ਚੱਲ ਰਹੀ ਹੈ ਕਿ ਜਿਹੜੇ ਅਵਤਾਰ ਸਿੰਘ ਮੱਕੜ ਨੇ ਉਹਨਾਂ ਨੂੰ ਗੁਰਬਚਨ ਸਿੰਘ ਹੁਰੀ ਜਿਹੜੇ ਨੇ ਅਕਾਲ ਤਖ਼ਤ ਦੇ ਜਥੇਦਾਰ ਉਹ ਸੱਦ ਸਕਦੇ ਨੇ ਅਕਾਲ ਤਖ਼ਤ ਦੇ ਉੱਤੇ, ਉਹਨਾਂ ਦੀ ਪੇਸ਼ੀ ਜਿਹੜੀ ਆ ਜੀ ਉਹ ਹੋ ਸਕਦੀ ਆ। ਤੁਹਾਨੂੰ ਯਾਦ ਹੋਣਾ ਪਹਿਲਾਂ ਵੀ ਇਸੇ ਤਰ੍ਹਾਂ ਦਾ ਵਾਪਰਿਆ ਸੀਗਾ ਜਦੋਂ ਜਗੀਰ ਕੌਰ ਹੋਰਾਂ ਨੂੰ ਸੱਦ ਲਿਆ ਸੀਗਾ ਅਤੇ ਸੱਦਣ ਤੋਂ ਪਹਿਲਾਂ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਸੀਗਾ। ਲੱਗਦਾ ਇਉਂ ਆ ਕਿ ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਜਿਹੜਾ ਜੀ ਉੱਥੋਂ ਚਾਲੇ ਪਾਉਣ ਦਾ ਸਮਾਂ ਨਜ਼ਦੀਕ ਆਈ ਜਾ ਰਿਹਾ। ਜੀ 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 ਅਤੇ ਸੋਤੇ ਹੋਏ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਅਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜ ਨਾਮਾ ਕਿ ਇੱਧਰ ਗੂੰਜਾਂ ਟਰੰਪ ਪਿਆ ਪਾਈ ਜਾਂਦਾ, ਉੱਧਰ ਧਮਕ ਹਲੇਰੀ ਵੀ ਪਾਈ ਜਾਵੇ। ਇੱਧਰ ਗੂੰਜਾਂ ਟਰੰਪ ਪਿਆ ਪਾਈ ਜਾਂਦਾ, ਉੱਧਰ ਧਮਕ ਹਿਲੇਰੀ ਵੀ ਪਾਈ ਜਾਵੇ, ਪਿਆ ਇੱਕ ਤਾਂ ਪਿੱਛੇ ਪ੍ਰਵਾਸੀਆਂ ਦੇ, ਦੂਜੀ ਹੇਕ ਹਮਦਰਦੀ ਦੀ ਲਾਈ ਜਾਵੇ। ਜੀ ਪਹਿਲਾਂ ਦੂਜੀ ਨੂੰ ਨਿੱਤ ਨਲਾਇਕ ਆਖੇ, ਕਈ ਕਿਸਮ ਦਾ ਨੁਕਸ ਗਣਾਈ ਜਾਵੇ, ਦੂਜੀ ਪਹਿਲੇ ਨੂੰ ਅਕਲ ਤੋਂ ਕਹੇ ਕੋਰਾ, ਲਾਉਂਦੀ ਚੋਭਾਂ ਤੇ ਲੋਕ ਹਸਾਈ ਜਾਵੇ। ਜੀ ਲਾਈ ਸਾਰੇ ਸੰਸਾਰ ਪਈ ਨਜ਼ਰ ਜਿੱਥੇ, ਉੱਥੋਂ ਅਕਲ ਦੀ ਸੁਣੀ ਦੀ ਗੱਲ ਨਾਹੀਂ। ਲਾਈ ਸਾਰੇ ਸੰਸਾਰ ਪਈ ਨਜ਼ਰ ਜਿੱਥੇ, ਉੱਥੋਂ ਅਕਲ ਦੀ ਸੁਣੀ ਦੀ ਗੱਲ ਨਾਹੀਂ। ਦੋਵੇਂ ਧਿਰਾਂ ਗਣਾਏ ਨੇ ਬਹੁਤ ਮਸਲੇ, ਦੋਵਾਂ ਦੱਸਿਆ ਕਦੇ ਕੋਈ ਹੱਲ ਨਹੀਂ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲਟ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਆ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।